ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ। ਪੂਰੀ ਦੁਨੀਆ ਦੇ ਵਿੱਚ ਸੰਗਤਾਂ ਪ੍ਰਕਾਸ਼ ਪੁਰਬ ਮਨਾ ਰਹੀਆਂ ਨੇ। ਇਸ ਮੌਕੇ 'ਤੇ ਅਸੀਂ ਗੁਰੂ ਸਾਹਿਬ ਨੂੰ ਕੋਟਨ ਕੋਟ ਪ੍ਰਣਾਮ ਕਰਦੇ ਹਾਂ, ਨਮਨ ਕਰਦੇ ਹਾਂ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ, ਜਿੱਥੇ ਕਿ ਅੱਜ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਮੌਜੂਦ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪੰਜਵੇਂ ਅਤੇ ਸਭ ਤੋਂ ਛੋਟੇ ਸਪੁੱਤਰ ਸਨ। ਬਚਪਨ 'ਚ ਉਹਨਾਂ ਦਾ ਨਾਮ ਤਿਆਗਮਲ ਰੱਖਿਆ ਗਿਆ, ਕਿਉਂਕਿ ਗੁਰੂ ਸਾਹਿਬ ਦਾ ਪਾਲਣ ਪੋਸ਼ਣ ਸਿੱਖੀ ਵਾਲੇ ਮਾਹੌਲ 'ਚ ਹੋਇਆ ਸੀ। ਇਸ ਕਰਕੇ ਸਬਰ, ਸੰਤੋਖ, ਧੀਰਜ, ਦ੍ਰਿੜ ਇਰਾਦੇ, ਜ਼ੁਲਮ ਦੇ ਖਿਲਾਫ ਲੜਨਾ, ਜਜ਼ਬਾ, ਇਹ ਸਾਰਾ ਉਹਨਾਂ ਨੂੰ ਵਿਰਸੇ 'ਚ ਮਿਲਿਆ ਅਤੇ ਉਹਨਾਂ ਦੇ ਪਰਿਵਾਰਕ ਵਿਰਸੇ 'ਚੋਂ ਸਹਿਜੇ ਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਖਸੀਅਤ ਦਾ ਹਿੱਸਾ ਬਣ ਗਏ। ਗੁਰੂ ਘਰ ਦੇ ਬਹੁਤ ਵੱਡੇ ਭਗਤ ਬਾਬਾ ਬੁੱਢਾ ਜੀ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਗੁਰਮੁਖੀ ਦੀ ਸਿਖਲਾਈ ਲਈ। ਗੁਰਬਾਣੀ ਦੇ ਬਹੁਤ ਵੱਡੇ ਗਿਆਤਾ ਭਾਈ ਗੁਰਦਾਸ ਜੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਧਾਰਮਿਕ ਗ੍ਰੰਥਾਂ ਅਤੇ ਹੋਰ ਸਮਕਾਲੀ ਭਾਸ਼ਾਵਾਂ ਦੀ ਸਿਖਲਾਈ ਦਿੱਤੀ। ਔਖੇ ਮੌਕੇ 'ਤੇ ਤਿਆਰ ਬਤਿਆਰ ਰਹਿਣ ਲਈ ਗੁਰੂ ਸਾਹਿਬ ਨੂੰ ਤੀਰਅੰਦਾਜ਼ੀ ਅਤੇ ਘੋੜ ਸਵਾਰੀ ਦੀ ਸਿਖਲਾਈ ਵੀ ਦਿੱਤੀ ਗਈ। ਕਰਤਾਰਪੁਰ ਦੀ ਜੰਗ ਦੇ ਵਿੱਚ ਜਿਸ ਬਹਾਦਰੀ ਨਾਲ ਗੁਰੂ ਤੇਗ ਬਹਾਦਰ ਜੀ ਨੇ ਤਲਵਾਰਬਾਜ਼ੀ ਕੀਤੀ ਅਤੇ ਬੜੇ ਦਲੇਰੀ ਨਾਲ ਉੱਥੇ ਲੜਾਈ ਕੀਤੀ, ਇਹ ਤੋਂ ਪ੍ਰਭਾਵਿਤ ਹੋ ਕੇ ਸ਼੍ਰੀ ਹਰਗੋਬਿੰਦ ਜੀ ਨੇ ਆਪਣੇ ਪੁੱਤਰ ਤਿਆਗਮਲ ਦਾ ਨਾਮ ਤੇਗ ਬਹਾਦਰ ਰੱਖਤਾ। ਤੇਗ ਬਹਾਦਰ ਦਾ ਮਤਲਬ ਹੈ ਤਲਵਾਰ ਦਾ ਧਨੀ। ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਕਿਹਾ ਕਿ ਮੇਰਾ ਇਸ ਪੁੱਤਰ ਵੱਡਾ ਹੋ ਕੇ ਬਹੁਤ ਵੱਡਾ ਬਲੀ, ਕੁਰਬਾਨੀ ਦੇਣ ਵਾਲਾ ਅਤੇ ਜ਼ੁਲਮ ਦੇ ਖਿਲਾਫ ਲੜਨ ਵਾਲਾ ਬਣੇਗਾ, ਇਸ ਲਈ ਅੱਜ ਇਹਦਾ ਨਾਮ ਅਸੀਂ ਤੇਗ ਬਹਾਦਰ ਰੱਖਦੇ ਹਾਂ। ਸ਼੍ਰੀ ਗੁਰੂ ਤੇਗ ਬਹਾਦਰ ਜੀ ਬਹੁਤ ਸਾਰੀਆਂ ਯਾਤਰਾਵਾਂ 'ਤੇ ਗਏ। ਸਿੱਖ ਧਰਮ ਦੇ ਵਿੱਚ ਜੇ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਇਹ ਦੇਖਣਾ ਹੋਵੇ ਕਿ ਸੱਚ ਦਾ ਹੋਕਾ ਅਤੇ ਲੋਕਾਂ ਨੂੰ ਭਗਤੀ ਵੱਲ ਜੋੜਨਾ, ਪਰਮਾਤਮਾ ਦਾ ਫਲਸਫਾ ਲੋਕਾਂ ਨੂੰ ਸਮਝਾਉਣਾ, ਉਹਦੇ ਵਾਸਤੇ ਯਾਤਰਾਵਾਂ ਕਿੰਨੀਆਂ ਨੇ, ਤਾਂ ਗੁਰੂ ਨਾਨਕ ਸਾਹਿਬ ਤੋਂ ਬਾਅਦ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਨੰਬਰ ਆਉਂਦਾ। ਜਦੋਂ ਅਨੰਦਪੁਰ ਸਾਹਿਬ ਵਿਖੇ ਕਸ਼ਮੀਰੀ ਪੰਡਿਤ ਜਿਹੜੇ ਕਿ ਕਸ਼ਮੀਰ ਦੇ ਜ਼ਾਲਮ ਹਾਕਮਾਂ ਤੋਂ ਦੁਖੀ ਹੋਏ ਸਨ, ਕਿਉਂਕਿ ਉਹਨਾਂ ਨੂੰ ਹੁਕਮ ਦਿੱਤਾ ਗਿਆ ਸੀਗਾ ਕਿ ਜਾਂ ਤਾਂ ਧਰਮ ਪਰਿਵਰਤਨ ਕਰ ਲਓ ਨਹੀਂ ਮੌਤ ਲਈ ਤਿਆਰ ਰਹੋ, ਤਾਂ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਸ਼ਮੀਰੀ ਪੰਡਿਤ ਮਿਲਣ ਆਏ। ਉਹਨਾਂ ਨੇ ਆਪਣੀਆਂ ਦਿਲ ਕੰਬਾਊ ਕਹਾਣੀਆਂ ਅਤੇ ਘਟਨਾਵਾਂ ਗੁਰੂ ਸਾਹਿਬ ਨੂੰ ਸੁਣਾਈਆਂ, ਤਾਂ ਗੁਰੂ ਸਾਹਿਬ ਇਹਨਾਂ ਨੂੰ ਸੁਣ ਕੇ ਬਹੁਤ ਦੁਖੀ ਹੋਏ, ਕਿਉਂਕਿ ਗੁਰੂ ਸਾਹਿਬ ਹਮੇਸ਼ਾ ਧਾਰਮਿਕ ਸਮਾਨਤਾ ਦੇ ਅਤੇ ਜ਼ੁਲਮ ਦੇ ਖਿਲਾਫ ਲੜਨ ਦੇ ਹਾਮੀ ਰਹੇ ਸੀ। ਇਸ ਮੌਕੇ 'ਤੇ ਬਾਲ ਗੋਬਿੰਦ ਰਾਏ ਜਿਹੜੇ ਕਿ ਵੱਡੇ ਹੋ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਣੇ, ਬਾਲ ਗੋਬਿੰਦ ਰਾਏ ਆਏ ਅਤੇ ਉਹਨਾਂ ਨੇ ਪੁੱਛਿਆ ਕਿ ਪਿਤਾ ਜੀ ਕੀ ਹੈ ਇਹਨਾਂ ਦਾ ਮਾਮਲਾ, ਤਾਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਗੋਬਿੰਦ ਇਹ ਇਸ ਤਰ੍ਹਾਂ ਜ਼ੁਲਮ ਹੋ ਰਿਹਾ ਇਹਨਾਂ 'ਤੇ ਅਤੇ ਇਹਦੇ ਵਾਸਤੇ ਕੋਈ ਬਹੁਤ ਵੱਡੀ ਧਾਰਮਿਕ ਅਤੇ ਸਮਾਜਿਕ ਸ਼ਖਸੀਅਤ ਦੀ ਕੁਰਬਾਨੀ ਦੀ ਲੋੜ ਹੈ। ਤਾਂ ਬਾਲ ਗੋਬਿੰਦ ਰਾਏ ਜੀ ਨੇ ਕਿਹਾ ਕਿ ਪਿਤਾ ਜੀ ਤੁਹਾਡੇ ਤੋਂ ਵੱਡੀ ਸ਼ਖਸੀਅਤ ਕੌਣ ਹੋ ਸਕਦਾ ਹੈ? ਤਾਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਪੰਡਤਾਂ ਨੂੰ, ਕਸ਼ਮੀਰੀ ਪੰਡਤਾਂ, ਕਿ ਜਾਓ ਇਹਨਾਂ ਜ਼ਾਲਮਾਂ ਨੂੰ ਸੁਨੇਹਾ ਪਹੁੰਚਾ ਦਿਓ ਕਿ ਜੋ ਮੇਰਾ ਧਰਮ ਪਰਿਵਰਤਨ ਕਰਵਾ ਲੈਣ ਤਾਂ ਬਾਕੀ ਸਾਰੇ ਖੁਸ਼ੀ ਖੁਸ਼ੀ ਧਰਮ ਪਰਿਵਰਤਨ ਕਰ ਲੈਣਗੇ। ਦਿੱਲੀ ਦੇ ਵਿੱਚ ਬੁਲਾ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਰਾਮਾ ਦਿਖਾਉਣ ਲਈ ਕਿਹਾ ਗਿਆ ਜਾਂ ਮੌਤ ਲਈ ਤਿਆਰ ਰਹਿਣ ਲਈ ਕਿਹਾ ਗਿਆ, ਤਾਂ ਗੁਰੂ ਸਾਹਿਬ ਨੇ ਕਿਹਾ ਕਰਾਮਾਤ ਸਿਰਫ ਵਾਹਿਗੁਰੂ, ਕਰਾਮਾਤ ਸਿਰਫ ਪਰਮਾਤਮਾ ਦਾ, ਬੰਦੇ ਦੇ ਵੱਸ ਦੀ ਗੱਲ ਨਹੀਂ। ਤਾਂ ਉਹਨਾਂ ਨੂੰ ਮੌਤ ਦੇ ਘਾਟ ਉਤਾਰਨ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ ਅਤੇ ਗੁਰੂ ਸਾਹਿਬ ਨੇ ਹੱਸਦੇ ਹੱਸਦੇ ਮੌਤ ਦਾ ਫਰਮਾਨ ਪ੍ਰਵਾਨ ਕਰ ਲਿਆ। ਚਾਂਦਨੀ ਚੌਂਕ ਵਿਖੇ 11 ਨਵੰਬਰ 1675 ਨੂੰ
गुरु साहब का सीस धड़ नालों अलग कर दिता गया, उन्होंने शहीद कर दिता गया। गुरु साहब हमेशा धार्मिक समानता के हामी सी। गुरु साहब हमेशा कहिंदे सी कि मनुखी बंधना का कारण अज्ञानी मन है, तो अज्ञानी मन में काबू सिर्फ भगती नाल कीता जा सकता, परमात्मा की भगती नाल। ते भगती नाल काबू किए हुए मन का जिहड़ा फलसफा है वह मनुख नूं सुकून दिंदा। सो अज उन्हां दे प्रकाश पुरब के मौके दुनिया के लखां करोड़ां लोग जिथे नतमस्तक हो रहे हैं, असी भी गुरु साहब की इस लासानी कुरबानी नूं याद करते हुए हाँ, उन्हां नूं कोटन कोट प्रणाम करते हैं, तो उन्हां दे प्रकाश पुरब ते अज उन्हां नूं कोटन कोट प्रणाम करते हुए नमन करते हैं। वाहिगुरू जी का खालसा, वाहिगुरू जी की फतह।